ਲੱਗਦੀ ਪਈ ਕਿਹੜਾ ਸੂਟ ਪਾਵਾਂ ਵਾਹ ਭਾਬੀ ਅੱਜ ਤਾਂ ਬੜੀ ਐਗਜ਼ੀਬਿਸ਼ਨ ਲਈ ਅਸੀਂ ਘਰ ਜੀ ਦੱਸਣ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਉਹ ਦੀਦੀ ਆਪਣੀ ਹਰਮਨ ਨਹੀਂ ਉਹਦਾ ਵਿਆਹ ਆ ਆ ਲੇਡੀ ਸੰਗੀਤ ਤੇ ਸੋਚਦੀ ਪਈ ਆ ਵੀ ਇਹਨਾਂ ਚੋਂ ਕਿਹੜਾ ਸੂਟ ਪਾਵਾਂ ਲੈ ਭਾਬੀ ਸਾਰੇ ਇੱਕ ਤੋਂ ਵੱਧ ਕੇ ਇੱਕ ਸੂਟ ਆ ਜਿਹੜਾ ਮਰਜ਼ੀ ਪਾ ਲਾ ਤੂੰ ਆਹੀ ਤਾਂ ਦੀਦੀ ਕਨਫਿਊਜ਼ਨ ਆ ਚੜਦੇ ਤੋਂ ਚੜਦਾ ਮੈਨੂੰ ਵੀ ਲੱਗੀ ਜਾ ਰਿਹਾ ਸਮਝ ਨਹੀਂ ਲੱਗਦਾ ਆ ਪਾਵਾਂ ਜਾਂ ਆ ਪਾਵਾਂ ਲੈ ਭਾਬੀ ਤੇਰੇ ਸੂਟ ਦੇਖ ਕੇ ਤਾਂ ਮੇਰੀ ਵੀ ਨੀਤ ਫਿੱਟ ਗਈ ਵੀ ਇੱਕ ਅੱਧਾ ਸੂਟ ਮੈਂ ਵੀ ਲੈ ਲਾਂ ਇਹਨਾਂ ਚੋਂ ਲੈ ਜੀ ਗਿਰੋ ਆ ਕੋਈ ਤੇ ਪੁੱਛਣ ਦੀ ਗੱਲ ਆ ਜਿਹੜਾ ਤੇਰਾ ਦਿਲ ਕਰਦਾ ਆ ਉਹੀ ਸੂਟ ਤੂੰ ਲੈ ਲਾ ਇਹਦੇ ਚੋਂ ਲੈ ਮੰਮੀ ਮੈਂ ਕਿਹੜਾ ਮਨਾ ਕੀਤਾ ਦੀਦੀ ਨੂੰ ਦੀਦੀ ਜਿਹੜਾ ਤੁਹਾਡਾ ਦਿਲ ਕਰਦਾ ਤੁਸੀਂ ਲੈ ਲਓ ਜਗੀਰੋ ਇੰਨਾ ਸੋਚਣ ਦੀ ਕੀ ਲੋੜ ਆ ਜਿਹੜਾ ਤੈਨੂੰ ਪਸੰਦ ਆਉਂਦਾ ਉਹ ਲੈ ਲਾ ਜੇ ਤੈਨੂੰ ਸਾਰੇ ਪਸੰਦ ਆਉਂਦੇ ਆ ਸਾਰੇ ਲੈ ਜਾ ਚੱਕ ਕੇ ਹਾਂ ਦੀਦੀ ਇਹਨੂੰ ਛੱਡ ਕੇ ਨਾ ਤੁਸੀਂ ਇਹਨਾਂ ਵਿੱਚੋਂ ਭਾਵੇਂ ਸਾਰੇ ਲੈ ਨਾ ਨਾ ਭਾਬੀ ਮੈਨੂੰ ਤਾਂ ਆਹੀ ਸੂਟ ਪਸੰਦ ਆ ਮੈਂ ਤਾਂ ਆਹੀ ਲੈਣਾ ਦੀਦੀ ਪਲੀਜ਼ ਆ ਸੂਟ ਰਹਿਣ ਦਿਓ ਉਹ ਤੁਸੀਂ ਭਾਵੇਂ ਪੰਜੇ ਲੈ ਲਓ ਨਾ ਤੂੰ ਕੌਣ ਹੁੰਨੀ ਇਹਨੂੰ ਰੋਕਣ ਵਾਲੀ ਲੈ ਲੈਣ ਦੇ ਜਿਹੜਾ ਉਹਨੂੰ ਪਸੰਦ ਆ ਖਬਰਦਾਰ ਜੇ ਉਹਨੂੰ ਰੋਕਿਆ ਮੰਮੀ ਮੈਂ ਤਾਂ ਇਹ ਕਹਿੰਦੀ ਆ ਵੀ ਤੁਸੀਂ ਇਹਨਾਂ ਚੋਂ ਚਾਹੇ ਜਿਹੜਾ ਮਰਜ਼ੀ ਲੈ ਲਓ ਪਰ ਆ ਸੂਟ ਪਲੀਜ਼ ਆ ਨਾ ਲਓ ਇਹ ਮੈਨੂੰ ਦੇ ਦਿਓ ਤੁਸੀਂ ਫੜਾ ਦੇ ਇਹਨੂੰ ਚੁੱਪ ਕਰਕੇ ਇਹਨੂੰ ਇਹੋ ਜੀ ਕਿਹੜੀ ਗੱਲ ਆ ਇਹਦੇ 'ਚ ਜਿਹੜੀ ਤੂੰ ਇੰਨਾ ਸੋਚਣ ਲੱਗੀ ਹੋਈ ਆ ਮੰਮੀ ਜੇ ਨਾ ਸਮਝੋ ਤਾਂ ਕੁਛ ਵੀ ਨਹੀਂ ਪਰ ਜੇ ਸਮਝੋ ਤਾਂ ਬਹੁਤ ਵੱਡੀ ਗੱਲ ਆ ਮੇਰੀ ਕੁੜੀ ਨਾਲ ਵੱਡੀ ਹੋਰ ਕੋਈ ਗੱਲ ਨਹੀਂ ਹੋ ਸਕਦੀ ਹੈਗੀ ਚੁੱਪ ਕਰਕੇ ਸੂਟ ਉਹਨੂੰ ਫੜਾ ਦੇ ਸੌਰੀ ਮੰਮੀ ਇਹ ਸੂਟ ਮੇਰੇ ਕੋਲੋਂ ਨਾ ਦੀਦੀ ਨੂੰ ਦੇ ਨਹੀਂ ਹੋਣਾ ਲੈ ਭਾਬੀ ਇਹੋ ਜੀ ਕਿਹੜੀ ਗੱਲ ਹੋ ਗਈ ਜਿਹੜਾ ਤੂੰ ਮੈਨੂੰ ਇਹ ਸੂਟ ਤੋਂ ਮਨਾ ਕਰਦੀ ਆ ਤੂੰ ਤਾਂ ਮੈਨੂੰ ਕਦੇ ਕਿਸੇ ਚੀਜ਼ ਨੂੰ ਜਵਾਬ ਨਹੀਂ ਸੀ ਦਿੱਤਾ ਦੀਦੀ ਤੁਹਾਨੂੰ ਜਵਾਬ ਦੇਣ ਲੱਗੇ ਮੈਨੂੰ ਵੀ ਬਹੁਤ ਤਕਲੀਫ ਹੋ ਰਹੀ ਆ ਪਰ ਇਸ ਸੂਟ ਨਾਲ ਨਾ ਮੇਰੀਆਂ ਬਹੁਤ ਯਾਦਾਂ ਜੁੜੀਆਂ ਹੋਈਆਂ ਨੇ ਦੀਦੀ ਇਹ ਉਹ ਸੂਟ ਆ ਜਦੋਂ ਮੇਰੀ ਮੰਮੀ ਦੀ ਡੈਥ ਹੋਈ ਸੀ ਨਾ ਮੈਂ 2 ਦਿਨ ਪਹਿਲਾਂ ਉਹਨਾਂ ਨੂੰ ਮਿਲਣ ਗਈ ਸੀ ਤੇ ਇਹ 2 ਦਿਨ ਪਹਿਲਾਂ ਮੇਰੀ ਮੰਮੀ ਨੇ ਆਖਰੀ ਵਾਰੀ ਆਪਦੇ ਹੱਥਾਂ ਨਾਲ ਮੈਨੂੰ ਦਿੱਤਾ ਸੀ ਤੇ ਤੁਸੀਂ ਦੱਸੋ ਮੈਂ ਇਹ ਸੂਟ ਤੁਹਾਨੂੰ ਕਿੱਦਾਂ ਦੇ ਦਵਾਂ ਦੀਦੀ ਇਹ ਸੂਟ ਮੇਰੇ ਮਾਂ ਦੇ ਹੱਥਾਂ ਨਾਲ ਦਿੱਤੀ ਹੋਈ ਮੇਰੀ ਮਾਂ ਦੀ ਆਖਰੀ ਨਿਸ਼ਾਨੀ ਆ ਗੈਵੀ ਮਾਂ ਦੀ ਆਖਰੀ ਨਿਸ਼ਾਨੀ ਦੇਣ ਦੀ ਤੈਨੂੰ ਕੋਈ ਲੋੜ ਨਹੀਂ ਇਹ ਸੂਟ ਤੂੰ ਆਪਣੇ ਕੋਲ ਹੀ ਸੰਭਾਲ ਕੇ ਰੱਖ ਕਿ ਮਾਂ ਜਗੀਰੋ ਤੇਰੀ ਨਾਨੀ ਦੀ ਹੱਥ ਨਾਲ ਬੁਣੀ ਹੋਈ ਨਾ ਜੈਕਟ ਮੈਨੂੰ ਅੱਜ ਵੀ ਜਾਣ ਤੋਂ ਵੱਧ ਪਿਆਰੀ ਆ ਮੈਂ ਉਹਨੂੰ ਨਾ ਬਹੁਤ ਸੰਭਾਲ ਕੇ ਰੱਖਦੀ ਆ ਕਈ ਵਾਰੀ ਤਾਂ ਮੇਰਾ ਜੀ ਕਰਦਾ ਵੀ ਮੈਂ ਪਾ ਕੇ ਹੰਢਾ ਦਵਾਂ ਪਰ ਫਿਰ ਵੀ ਮੈਂ ਆਪਣੇ ਰੱਖਦੀ ਆ ਨਾਲ ਤੇਰੀਆਂ ਦਿੱਤੀਆਂ ਚੀਜ਼ਾਂ ਵੀ ਮੈਨੂੰ ਜਾਨ ਤੋਂ ਪਿਆਰੀਆਂ ਨੇ ਮੈਂ ਵੀ ਉਹਨਾਂ ਨੂੰ ਕਿਸੇ ਨੂੰ ਹੱਥ ਨਹੀਂ ਲਾਉਣ ਦਿੰਦੀ ਤੇ ਉਹ ਚੀਜ਼ਾਂ ਮੈਂ ਸਾਂਭ ਸਾਂਭ ਰੱਖ ਰਹੀ ਆ ਜਿਹੜੀ ਮਾਂ ਇੱਥੋਂ ਚਲੀ ਗਈ ਆ ਉਹਨੇ ਤਾਂ ਵਾਪਸ ਨਹੀਂ ਆਉਣਾ ਹੈਗਾ ਪਰ ਜਿਹੜੀਆਂ ਉਹਦੀਆਂ ਦਿੱਤੀਆਂ ਹੋਈਆਂ ਚੀਜ਼ਾਂ ਨੇ ਨਾ ਉਹਨਾਂ ਦੇ ਵਿੱਚ ਉਸ ਮਾਂ ਦਾ ਨਿੱਘ ਜ਼ਰੂਰ ਮਹਿਸੂਸ ਹੁੰਦਾ ਆ ਐਵੇਂ ਰੋਲੇ ਪਾਰਾ ਕਾਵਾਂ ਲੱਭਦੀਆਂ ਨਹੀਂ ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ ਥੈਂਕ ਯੂ ਮੰਮੀ ਇੱਕ ਧੀ ਦੇ ਜਜ਼ਬਾਤ ਸਮਝਣ ਲਈ ਸਮਝਾਂਗੇ ਉਹਨਾਂ ਪੁੱਤ ਮੈਂ ਵੀ ਤਾਂ ਕਿਸੇ ਦੀ ਧੀ ਆ ਕੀ ਹੋਇਆ ਜੇ ਤੇਰੇ ਵਾਂਗੂ ਮੇਰੇ ਸਿਰ ਤੇ ਵੀ ਮਾਂ ਹੈ ਨਹੀਂ ਗੀ ਹੋ ਮਾਂ ਦਾ ਆਖਰੀ ਅੰਤ ਵਿਛੋੜਾ ਪੈਣਾ ਹੈ ਆਪੇ ਡਿੱਗਣਾ ਆਪੇ ਉੱਠਣਾ ਪੈਣਾ ਹੈ ਮਾਵਾਂ ਦੀਆਂ ਬੁੱਕਲਾਂ ਵਰਗੀਆਂ ਥਾਵਾਂ ਲੱਭਦੀਆਂ ਨਹੀਂ ਹਾਏ ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ ਹਾਏ ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨੇ